बहुत ही सत्कारयोग किसान वीरों ते भैणों, सत श्री अकाल। कुदरती खेती किसान गुरमित्र सिंह, अपने जो कुदरती खेती है, बहुत सारे ऐसे पौधे ने जिहड़े जड़ी बूटियां वाले सन, पर वह लुप्त हो रहे हैं, खत्म हो रहे हैं, क्योंकि अपने लोगों नूं उन्हां बारे पूरी जानकारी नहीं, जां उगाउणा नहीं चाहुंदे, जां जगह जां समय की घाट हुंदी है। पर बहुत सारे ऐसे पौधे ने जिहड़े अपने वातावरण लई भी फायदेमंद ने ते बीमारियां तों भी बचाउंदे ने। अज आपां गल करांगे गुगल दे बूटे की। जिकण नवीं पीढ़ी तां गुगल नूं जाणदी है, पर यह गुगल है जिहड़ा पौधा, इस तों जो गूंद पैदा हुंदी आ धूफ दे रूप च वरती जाती है, तो ये मैडिसन वाले बहुत सारा ज़्यादा गुण हैं। जदों भी अपने शरीर से कोई बीमारी शुरू होंदी है तो अंदर सोजस शुरू होंदी है, जिहड़ा अंग ने खराब होना होंदा, पहला उसकी जो जड़ होंदी है सोजस होंदी है, उस तो बाद अंग प्रभावित होकर खराब होंदा जां नुक्स पैंदा, जिवें अपने अलग अलग बीमारियां पैदा होंदियां ने, किडनी दी आ, शूगर दी आ, कैंसर तक दी बीमारियां विच भी जिहड़े सैलां ते सोजस आउंदी आ, उस तरह दा एक पौधा जिहड़ा देसी जड़ी बूटियां विच इहनूं गूगल नूं मिला के दित्ता जांदा सी तां उह शुरू दे विच ही बीमारी नूं कंट्रोल कर सकदा, ते इहनूं जानी जिहड़े वैद ने जां आपां ਉਹ ਜਾਣੀ ਬਹੁਤ ਸਾਰੇ ਮੈਡੀਸਨ ਜਿਹੜੀਆਂ ਦਵਾਈਆਂ ਵਰਤਦੇ ਸਨ ਦੇਸੀ ਜੜੀ ਬੂਟੀਆਂ ਵਾਲੇ, ਉਹਨਾਂ 'ਚ ਵਰਤਦੇ ਸੀਗੇ ਇਹਨੂੰ ਗੂਗਲ ਨੂੰ, ਅਤੇ ਇੱਕ ਇਹ ਗੁਣਕਾਰੀ ਪੌਦਾ ਅਤੇ ਕਾਫੀ ਇਹਦੇ ਜ਼ਿਆਦਾ ਲਾਭ ਨੇ, ਅਤੇ ਇਹਦੇ ਆਪਣੇ ਘਰ ਲਾਉਂਦੇ ਹਾਂ ਤਾਂ ਇਹਨੂੰ ਸ਼ੁੱਭ ਮੰਨਿਆ ਜਾਂਦਾ, ਅਤੇ ਮਤਲਬ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸੁਗੰਧੀ ਵਾਲਾ ਬਣਾਉਂਦਾ, ਅਤੇ ਇਹਦੀ ਗੰਧ ਵੀ ਬੜੀ ਤੇਜ਼ ਹੁੰਦੀ ਆ। ਟਾਹਣੀਆਂ 'ਤੇ ਇਹਦੇ ਕੰਡੇ ਹੁੰਦੇ ਨੇ, ਕੰਡੇ ਵਾਲਾ ਪੌਦਾ ਪਰ ਹੈ ਜੜੀ ਬੂਟੀ, ਅਤੇ ਇਹਦੇ ਜੋ ਜਦੋਂ ਵੱਡਾ ਰੁੱਖ ਬਣ ਜਾਂਦਾ ਤਾਂ ਇਹਨੂੰ ਇੱਕ ਚੀਰਾ ਦਿੱਤਾ ਜਾਂਦਾ, ਚੀਰੇ ਦੇ ਵਿੱਚ ਗੂੰਦ ਪੈਦਾ ਹੁੰਦਾ ਜਿਹੜਾ ਕਿ ਗੁੱਗਲ ਹੁੰਦਾ, ਅਤੇ ਗੁੱਗਲ ਧੂਫ ਦੇ ਵਿੱਚ ਵਰਤਿਆ ਜਾਂਦਾ। ਜਿਹੜੀ ਧੂਫ ਆ ਗੁੱਗਲ ਦੀ ਉਹ ਤਕਰੀਬਨ ਇਸ ਸਮੇਂ 1500-1600 ਰੁਪਈਏ ਕਿਲੋ ਹੈ, ਅਤੇ ਇਹ ਆਪਾਂ ਇੱਕ ਛੋਟੇ ਪੌਦੇ ਤੋਂ ਜਾਂ ਇਹਨੂੰ ਵੱਡਾ ਰੁੱਖ ਬਣਦਾ ਤਾਂ ਇਹਦੇ ਤੋਂ ਗੁੱਗਲ ਪ੍ਰਾਪਤ ਕਰਕੇ ਵੇਚ ਸਕਦੇ ਹਾਂ। ਜਿਹੜੇ 5-4 ਸਾਲ ਤੱਕ ਇਹਨੇ ਵੱਡਾ ਹੋਣਾ, ਹੋ ਸਕਦਾ ਉਸ ਸਮੇਂ ਤੱਕ ਗੁੱਗਲ ਦੀ ਧੂਫ ਦੀ ਕੀਮਤ ਹੋਰ ਵੱਧ ਜਾਵੇ। ਅਤੇ ਜਿਹੜੇ ਪੌਦੇ ਨੂੰ ਕੰਡੇ ਹੁੰਦੇ ਨੇ, ਉਹਦੀ ਖਾਸੀਅਤ ਹੁੰਦੀ ਹੈ ਵੀ ਉਹ ਬਿਨਾਂ ਪਾਣੀ ਦਾ ਪੌਦਾ ਹੁੰਦਾ। ਜੇ ਕਿਸਾਨ ਕੋਲ ਐਸੇ 5-7 ਬੂਟੇ ਹੋਣ, ਜੇ ਆਪਾਂ 5-7 ਬੂਟਿਆਂ ਤੋਂ ਜਿਹੜਾ ਗੂੰਦ ਹੈ ਜੇ 10 ਕਿਲੋ ਵੀ ਪ੍ਰਾਪਤ ਕਰ ਲੈਂਦੇ ਹਾਂ ਤਾਂ ਉਹ ਆਪਣੇ 15-16 ਹਜ਼ਾਰ ਦਾ ਹੋ ਜਾਂਦਾ, ਥੋੜ੍ਹੀ ਜਗ੍ਹਾ 'ਤੇ ਹੋ ਜਾਂਦਾ, ਫ੍ਰੀ ਖਰਚੇ ਵਾਲਾ, ਅਤੇ ਇੱਕ ਲੁਪਤ ਹੋ ਰਿਹਾ ਪੌਦਾ। ਅਤੇ ਮੈਡੀਸਨ ਦੇ ਵਿੱਚ ਅਲੱਗ ਅਲੱਗ ਕੰਪਨੀਆਂ ਨੇ ਜਿਹੜੀਆਂ ਦੇਸੀ ਦਵਾਈਆਂ ਬਣਾਉਂਦੀਆਂ ਨੇ, ਉਹਨਾਂ ਵਿੱਚ ਅਲੱਗ ਅਲੱਗ ਨਾਂ ਨਾਲ ਵੀ ਗੁੱਗਲ ਦਾ ਇਹ ਜੋ ਪਦਾਰਥ ਵਿੱਚ ਵਰਤਿਆ ਜਾਂਦਾ ਗੂੰਦ ਰੂਪੀ ਉਹ ਆਉਂਦਾ। ਸੋ ਇਹ ਆਪਣੇ ਤਕਰੀਬਨ ਇਹ ਪੌਦਾ 2 ਕੁ ਸਾਲ ਦਾ ਹੋ ਚੁੱਕਿਆ ਜੀ, ਕਿਉਂਕਿ ਆਪਾਂ ਸੰਭਾਲ ਘੱਟ ਕਰਦੇ ਹਾਂ, ਪਾਣੀ ਪੂਣੀ ਨਹੀਂ ਲਾਉਂਦੇ, ਸੋ ਇੰਨਾ ਜ਼ਿਆਦਾ ਗਰੋਥ ਤਾਂ ਨਹੀਂ ਕੀਤੀ, ਪਰ ਮਰਿਆ ਵੀ ਨਹੀਂ ਹੈਗਾ ਅਤੇ ਹੁਣ ਇਹਦੇ ਪੱਤੇ ਬੜੇ ਸ਼ਾਨਦਾਰ ਢੰਗ ਨਾਲ ਆ ਰਹੇ ਨੇ। ਅਤੇ ਇਹ ਜਦੋਂ ਜਿਹੜੀ ਹੇਠਲੀ ਟਾਹਣੀ ਇਹਦੀ ਮੇਨ ਬ੍ਰਾਂਚ ਆ ਉਹ ਕਾਫੀ ਮੋਟੀ ਹੋ ਚੁੱਕੀ ਆ, ਦੇਖੋ ਜੇ ਆਪਾਂ ਨੇੜੇ ਤੋਂ ਦੇਖੀਏ ਤਾਂ ਕਾਫੀ ਮੋਟੀ ਆ, ਅਤੇ ਆ ਇਹਦੀ ਪਹਿਚਾਣ ਆ ਗੁੱਗਲ ਦੀ, ਆਹ ਮੇਨ ਬ੍ਰਾਂਚ ਆ, ਅਤੇ ਆ ਇਹਦੀ ਆਪਣੇ ਸੱਕ ਜੇ ਮੰਗ ਜਿਵੇਂ ਆਪਣੇ ਸਫੈਦੇ ਦੇ ਜਾਂ ਅਮਰੂਦ ਦੇ ਲੈਂਦੇ ਨੇ ਉਸ ਤਰ੍ਹਾਂ ਦਾ ਵੀ ਪਦਾਰਥ ਲੈ ਰਿਹਾ, ਕੋਈ ਇਹਦੀ ਚਮੜੀ ਜੀ ਹੁੰਦੀ ਆ, ਪਰ ਗੁਣਕਾਰੀ ਪੌਦਾ ਅਤੇ ਖਰਚਾ ਕੋਈ ਨਹੀਂ ਹੈਗਾ। ਜੇ 1500 ਰੁਪਏ ਕਿਲੋ ਗੂੰਦ ਵੇਚਦਾ ਇਹਦਾ, ਜਿਹਨੂੰ ਆਪਾਂ ਗੁੱਗਲ ਧੂਫ ਕਹਿੰਦੇ ਹਾਂ, ਅਤੇ ਕੋਈ ਮਿਲਾਵਟ ਨਹੀਂ, ਅਸਲੀ ਪਿਓਰ ਚੀਜ਼ ਆਪਣੇ ਪ੍ਰਾਪਤ ਹੋ ਸਕਦੀ ਹੈ, ਆਪਾਂ ਅਗਾਂਹ ਵੇਚ ਸਕਦੇ ਹਾਂ, ਲੋਕਾਂ ਨੂੰ ਦੱਸ ਸਕਦੇ ਹਾਂ। ਅਤੇ ਛੋਟੇ ਕੰਡੇ ਹੋਣ ਕਰਕੇ ਆਪਾਂ ਇਹ ਤੋਂ ਬਾਹਰਲੀ ਸਾਈਡ ਜਿੱਥੇ ਆਪਾਂ ਨੂੰ ਲੱਗਦਾ ਵੀ ਕੋਈ ਅਵਾਰਾ ਜਾਨਵਰ ਆਉਂਦੇ ਨੇ ਤਾਂ ਉੱਥੋਂ ਵੀ ਆਪਾਂ ਇਹਨਾਂ ਤੋਂ ਫਾਇਦਾ ਲੈ ਸਕਦੇ ਹਾਂ, ਪਰ ਇੱਕ ਲੁਪਤ ਹੋ ਰਿਹਾ ਪੌਦਾ ਅਤੇ ਆਪਣੀ ਖਾਸ ਸੱਭਿਅਤਾ ਨਾਲ ਜੁੜਿਆ ਗਿਆ, ਧੂਫ ਦੇ ਰੂਪ 'ਚ ਇਹਨੂੰ ਵਰਤਿਆ ਜਾਂਦਾ ਤਾਂ ਕਾਫੀ ਵਧੀਆ ਗੁਣਕਾਰੀ ਆ। ਸੋ ਇਸ ਤਰ੍ਹਾਂ ਦੇ ਪੌਦੇ ਜਿਹੜੇ ਘੱਟ ਪਾਣੀ ਨਾਲ ਹੋ ਜਾਂਦੇ ਨੇ ਅਤੇ ਇਹਨਾਂ ਦਾ ਉਤਪਾਦ ਆ ਜੋ ਉਹਦੀ ਪੱਕੀ ਗਰੰਟੀ ਆ ਵਿਕੂ, ਧੂਫ ਤਾਂ ਜਿਹੜੇ ਵਰਤਦੇ ਨੇ ਉਹਨਾਂ ਨੇ ਵਰਤਣੀ ਹੁੰਦੀ ਆ, ਕਿਉਂਕਿ ਇਹਨੂੰ ਸ਼ੁੱਧ ਧੂਫ ਮੰਨਿਆ ਜਾਂਦਾ, ਅਤੇ ਬਾਕੀ ਇਹ ਦਵਾਈਆਂ ਵਿੱਚ ਵੀ ਪੈਂਦਾ, ਸੋ ਆਪਾਂ ਉਹ ਦਵਾਈਆਂ ਦੇ ਰੂਪ 'ਚ ਵੀ ਇਹਦੀ ਵਰਤੋਂ ਕਰ ਸਕਦੇ ਹਾਂ। ਸੋ ਪਰ ਜਿਹੜੀ ਵਰਤੋਂ ਆ ਉਹ ਕਿਸੇ ਹਕੀਮ ਜਾਂ ਵੈਦ ਦੀ, ਜਿਹੜੇ ਦੇਸੀ ਜੜੀ ਬੂਟੀਆਂ ਦੇ ਮਾਹਰ ਨੇ ਉਹਦੀ ਸਲਾਹ ਨਾਲ ਕਰਨੀ ਚਾਹੀਦੀ ਆ, ਪਰ ਇਹ ਖਾਸ ਗਰੰਟੀ ਆ ਵੀ ਇਹ ਪੌਦਾ ਜੜੀ ਬੂਟੀਆਂ ਦੇ ਰੂਪ 'ਚ ਧੂਫ ਦੇ ਰੂਪ 'ਚ ਵਰਤਿਆ ਜਾ ਸਕਦਾ। ਸੋ ਇਸ ਤਰ੍ਹਾਂ ਦੇ ਆਪਾਂ ਜਦੋਂ ਪੌਦੇ ਉਗਾਵਾਂਗੇ ਤਾਂ ਆਪਾਂ ਨੂੰ ਉਹਨਾਂ ਤੋਂ ਕਾਫੀ ਲਾਭ ਪ੍ਰਾਪਤ ਹੋ ਸਕਦੇ ਨੇ, ਅਤੇ ਆਪਣੇ ਵਾਤਾਵਰਨ ਵੀ ਸੋਹਣਾ ਬਣਾਉਂਦਾ, ਕਿਉਂਕਿ ਇੱਕ ਰੰਗੀਨ ਜਿਹੇ ਕਿਸਮ ਦਾ ਪੌਦਾ ਹੈ, ਕਿਉਂਕਿ ਇਹਦੀ ਟਾਹਣੀ ਆ ਜੋ ਤੁਸੀਂ ਧਿਆਨ ਨਾਲ ਦੇਖੋ ਤਾਂ ਲਾਲ ਰੰਗ ਦੀ ਆ,
ਜਦੋਂ ਲਾਲ ਹਰੇ ਦਾ ਕੰਬੀਨੇਸ਼ਨ ਜਿਹਾ ਹੁੰਦਾ ਤਾਂ ਕਾਫੀ ਸੋਹਣਾ ਲੱਗਦਾ, ਕੰਡੇ ਵੀ ਨੇ ਅਤੇ ਸਜਾਵਟੀ ਰੁੱਖ ਵੀ ਹੋ ਸਕਦਾ ਜੀ, ਕਟਿੰਗ ਵੀ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਆਪਾਂ ਇਹ ਪੌਦੇ ਨੂੰ ਉਗਾ ਸਕਦੇ ਹਾਂ ਅਤੇ ਜੜੀ ਬੂਟੀਆਂ ਦਾ ਲਾਭ ਲੈ ਸਕਦੇ ਹਾਂ, ਕਿਉਂਕਿ ਆਪਣੇ ਕੋਲ ਜਿੰਨੀਆਂ ਵੱਧ ਜੜੀ ਬੂਟੀਆਂ ਹੋਣਗੀਆਂ ਉਹਨਾਂ ਵੱਧ ਲਾਭ ਲੈ ਸਕਦੇ ਹਾਂ। ਸੋ ਇਹ ਆਪਾਂ ਅੱਜ ਗੁੱਗਲ ਦੇ ਪੌਦੇ ਬਾਰੇ ਗੱਲਬਾਤ ਕੀਤੀ ਸੀ ਜੋ ਧੂਫ ਦੇ ਰੂਪ 'ਚ ਵਰਤਿਆ ਜਾਂਦਾ ਜੜੀ ਬੂਟੀ ਦੇ ਰੂਪ 'ਚ। ਸੋ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।